हेलो हेलो स्टूडेंट्स, हाउ आर यू बच्चे? गुड मॉर्निंग टू ऑल ऑफ यू। हाउ आर यू? हाँ, फाइन रहते फाइन। गुड मॉर्निंग रुदय। हाँ जी, इज बोर्ड क्लियर बच्चे? ओके, ठीक है ठीक। जस्ट वन मिनट। हेलो, चलो सही है। अच्छा, ओके। आज राजे अपन ने अपना जेड़ा मैग्नेटिज्म वाला चैप्टर कह रहे थे, अपना फोर्थ चैप्टर चल रहा अपना, मूविंग चार्जेज एंड मैग्नेटिज्म। ठीक है, फर्स्ट पोर्शन अपना कंप्लीट हो गया। फर्स्ट पोर्शन दे विच आउंदा अपने कोले बायोट सैबट्स ला एंड एम्पियर सर्कुटर ला ते उन्हां दियां एप्लीकेशंस। ठीक है, नेक्स्ट जो पोर्शन है रजे इनू आपां साइक्लोट्रॉन वाला पोर्शन बोल सकते हैं। ठीक है, उस तो बाद आएगा मूविंग कॉइल गैल्वेनोमीटर वाला। तो ये जेड़ा सेकंड पोर्शन आ आपां ने इहदे विच पढ़ना की है रजे, बेसिकली आपां नहीं भी नहीं देख रहे हो। ठीक है, बेसिकली आपां ने इहदे विच पढ़ना मोशन ऑफ चार्ज्ड पार्टिकल, मोशन ऑफ चार्ज्ड पार्टिकल। ठीक है, अंडर इलेक्ट्रिक एंड मैग्नेटिक फील्ड्स, इलेक्ट्रिक एंड मैग्नेटिक फील्ड्स। ठीक है, आ पढ़ना अपने मेनली ये विच। एक चार्ज पार्टिकल है जेड़ा, ओहो इलेक्ट्रिक ते मैग्नेटिक फील्ड्स दे विच किदा ओहो मोशन करदा, किदा मूव करेगा। ठीक है,
ਇਹਦੇ ਵਿੱਚ ਵੀ ਆਪਣੇ ਅੱਗੇ ਤਿੰਨ ਚਾਰ ਟੌਪਿਕ ਬਣ ਜਾਂਦੇ ਆ ਰਹੇ, ਠੀਕ ਹੈ। ਪਹਿਲਾ ਤਾਂ ਹੈਗਾ ਮੋਸ਼ਨ ਆਫ ਚਾਰਜ, ਮੋਸ਼ਨ ਆਫ ਚਾਰਜ ਅੰਡਰ ਇਲੈਕਟ੍ਰਿਕ ਫੀਲਡ ਓਨਲੀ, ਠੀਕ ਹੈ, ਮਤਲਬ ਜਦੋਂ ਕੱਲੀ ਇਲੈਕਟ੍ਰਿਕ ਫੀਲਡ ਹੋਏਗੀ ਉਦੋਂ, ਓਕੇ। ਦੂਸਰਾ ਹੈ ਮੋਸ਼ਨ ਆਫ ਚਾਰਜ, ਚਾਰਜ ਅੰਡਰ ਮੈਗਨੈਟਿਕ ਫੀਲਡ ਓਨਲੀ, ਠੀਕ ਹੈ। ਐਂਡ ਨੈਕਸਟ ਥਿੰਗ ਇਜ, ਨੈਕਸਟ ਇਜ ਮੋਸ਼ਨ ਆਫ ਚਾਰਜ ਅੰਡਰ ਬੋਥ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ, ਠੀਕ ਹੈ। ਆਹ ਤਿੰਨ ਮੇਨਲੀ ਆਪਣੇ ਟੌਪਿਕ ਨੇ ਰਹੇ। ਪਹਿਲਾਂ ਆਪਾਂ ਕਰਾਂਗੇ ਮੋਸ਼ਨ ਆਫ ਚਾਰਜਡ ਪਾਰਟੀਕਲ ਅੰਡਰ ਇਲੈਕਟ੍ਰਿਕ ਫੀਲਡ ਓਨਲੀ, ਉਸ ਤੋਂ ਬਾਅਦ ਆਏਗਾ ਅੰਡਰ ਮੈਗਨੈਟਿਕ ਫੀਲਡ ਓਨਲੀ, ਫਿਰ ਆਏਗਾ ਅੰਡਰ ਬੋਥ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ, ਠੀਕ ਹੈ, ਠੀਕ ਹੈ। ਮੇਨ ਆਪਾਂ ਇਹਦੇ 'ਤੇ ਹੀ ਪਹੁੰਚਣਾ, ਠੀਕ ਹੈ, ਬੇਸਿਕਲੀ ਆਪਾਂ ਇਹਦੇ 'ਤੇ ਪਹੁੰਚਣਾ, ਪਰ ਉਸ ਤੋਂ ਪਹਿਲਾਂ ਆਪਾਂ ਨੂੰ ਇਕੱਲੇ ਇਕੱਲੇ ਲਈ ਕਰਨਾ ਪਏਗਾ ਕਿ ਅੰਡਰ ਇਲੈਕਟ੍ਰਿਕ ਫੀਲਡ ਕਿੱਦਾਂ, ਫਿਰ ਅੰਡਰ ਮੈਗਨੈਟਿਕ ਫੀਲਡ ਕਿੱਦਾਂ, ਫਿਰ ਆਪਾਂ ਉਹਨਾਂ ਨੂੰ ਕੰਬਾਈਨ ਕਰਾਂਗੇ, ਬਣੇਗਾ ਬੋਥ ਈ ਐਂਡ ਬੀ। ਬੋਥ ਈ ਐਂਡ ਬੀ ਦੇ ਅੰਡਰ ਅਜੇ ਦੋ ਟੌਪਿਕ ਨੇ ਤੁਹਾਡੇ, ਇੱਕ ਹੈ ਵੈਲੋਸਿਟੀ ਸਿਲੈਕਟਰ, ਠੀਕ ਹੈ, ਤੇ ਦੂਸਰਾ ਹੈਗਾ ਸਾਈਕਲੋਟ੍ਰੋਨ, ਠੀਕ ਹੈ। ਇੱਥੇ ਪਹੁੰਚਣਾ ਆਪਾਂ ਸਾਈਕਲੋਟ੍ਰੋਨ ਤੇ, ਠੀਕ ਹੈ। ਮੋਸਟ ਇੰਪੋਰਟੈਂਟ ਆ, ਮੋਸਟ ਮੋਸਟ ਵੀ ਕੀ ਕਿਹਾ, ਮੋਸਟ ਮੋਸਟ ਇੰਪੋਰਟੈਂਟ ਟੌਪਿਕ ਆ, ਠੀਕ ਹੈ, ਸਾਈਕਲੋਟ੍ਰੋਨ ਆ ਜਿਹੜਾ, ਆਹ ਕਰਦੇ ਕਰਦੇ ਆਪਾਂ ਇਹਦੇ ਤੇ ਪਹੁੰਚਣਾ, ਠੀਕ ਹੈ। ਆਸਾਨ ਵੀ ਹੈਗਾ, ਐਵੇਂ ਵੀ ਨਹੀਂ ਹੈ ਬਈ ਕੋਈ ਬਹੁਤ ਜ਼ਿਆਦਾ ਟਿਪੀਕਲ ਟੌਪਿਕ ਹੈ, ਠੀਕ ਹੈ, ਬਹੁਤ ਡਿਫੀਕਲਟ ਆਸਾਨ ਆ ਟੌਪਿਕ, ਠੀਕ ਹੈ। ਤਾਂ ਫਸਟ ਥਿੰਗ ਵੀ ਆਰ ਗੋਇੰਗ ਟੂ ਡੂ ਇਜ ਮੋਸ਼ਨ ਆਫ ਚਾਰਜਡ ਅੰਡਰ ਅੰਦਰ ਨਹੀਂ ਅੰਡਰ ਹਾਂ ਅੰਦਰ ਵੀ ਤਾਂ ਹੋਏਗਾ ਇਲੈਕਟ੍ਰਿਕ ਫੀਲਡ ਦੇ ਅੰਦਰ, ਠੀਕ ਹੈ, ਹਾਂਜੀ। ਦ ਫਸਟ ਟੌਪਿਕ ਇਜ ਮੋਸ਼ਨ ਆਫ ਚਾਰਜ, ਇੱਥੇ ਲਿਖ ਦੇਣਾ ਫਿਰ ਮੈਂ, ਅੰਡਰ ਇਲੈਕਟ੍ਰਿਕ ਫੀਲਡ ਓਨ, ਠੀਕ ਹੈ। ਜਦੋਂ ਕੋਈ ਚਾਰਜਡ ਪਾਰਟੀਕਲ ਆ ਜਿਹੜਾ ਉਹ ਇਲੈਕਟ੍ਰਿਕ ਫੀਲਡ ਦੇ ਅੰਦਰ ਐਂਟਰ ਕਰਦਾ ਰਹੇ, ਠੀਕ ਹੈ, ਤਾਂ ਕਿੱਦਾਂ ਦਾ ਬਿਹੇਵ ਕਰੇਗਾ ਉਹ ਆਪਾਂ ਨੇ ਇੱਥੇ ਪੜ੍ਹਨਾ, ਠੀਕ ਹੈ। ਤਾਂ ਪਹਿਲੀ ਚੀਜ਼, ਵੀ ਹੈਵ ਟੂ ਕੰਸੀਡਰ ਐਨ ਇਲੈਕਟ੍ਰਿਕ ਫੀਲਡ ਫਸਟ, ਠੀਕ ਹੈ, ਇਲੈਕਟ੍ਰਿਕ ਫੀਲਡ ਕੰਸੀਡਰ ਕਰਾਂਗੇ ਰਾਜੇ। ਪਹਿਲਾਂ ਇਲੈਕਟ੍ਰਿਕ ਫੀਲਡ ਕਿੱਦਾਂ ਲੈਂਦੇ ਹੁੰਦੇ ਆਪਾਂ, ਬਾਏ ਟੂ ਇਕੁਅਲ ਐਂਡ ਆਪੋਜਿਟਲੀ ਚਾਰਜਡ ਪਲੇਟਸ, ਇੱਦਾਂ, ਠੀਕ ਹੈ, ਪੋਜ਼ਿਟਿਵ ਤੇ ਨੈਗੇਟਿਵਲੀ ਚਾਰਜ ਇਹ ਟਰਮੀਨਲ ਹੋ ਗਏ ਆਪਣੇ ਕੋਲ, ਪਲੇਟਸ ਹੋ ਗਈਆਂ, ਠੀਕ ਹੈ। ਇੱਥੇ ਮੰਨ ਲਓ, ਇੱਥੇ ਕੋਈ ਚਾਰਜਡ ਪਾਰਟੀਕਲ ਆ ਜਿਹੜਾ ਉਹ ਐਂਟਰ ਹੋਇਆ, ਠੀਕ ਹੈ, ਪੋਜ਼ਿਟਿਵ ਕਿਊ ਆ, ਪੋਜ਼ਿਟਿਵਲੀ ਚਾਰਜਡ ਪਾਰਟੀਕਲ ਆ ਜਿਹੜਾ ਉਹ ਐਂਟਰ ਹੋਇਆ ਇਨਸਾਈਡ ਦਿਸ ਇਲੈਕਟ੍ਰਿਕ ਫੀਲਡ, ਠੀਕ ਹੈ। ਹੁਣ ਤੁਸੀਂ ਕੋਈ ਵੀ ਲੈ ਸਕਦੇ ਹੋ, ਜ਼ਰੂਰੀ ਨਹੀਂ ਆਪਾਂ ਹਮੇਸ਼ਾ ਪੋਜ਼ਿਟਿਵ ਚਾਰਜ ਹੀ ਲੈਣਾ, ਠੀਕ ਹੈ, ਯੂ ਕੈਨ ਟੇਕ ਨੈਗੇਟਿਵ ਚਾਰਜ। ਤਾਂ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕਿਹੜੀ ਆ, ਪਹਿਲੀ ਚੀਜ਼ ਨੀਚੇ ਨੂੰ, ਓਬਵੀਅਸ ਫਰੋਮ ਪੋਜ਼ਿਟਿਵ ਟੂ ਨੈਗੇਟਿਵ, ਹੈ ਨਾ, ਨੀਚੇ ਨੂੰ ਹੋਏਗੀ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ। ਜਦੋਂ ਇਹ ਵਾਲਾ ਪਾਰਟੀਕਲ ਆ ਜਿਹੜਾ ਉਹ ਇਹਦੇ ਵਿੱਚ ਐਂਟਰ ਕਰੇਗਾ ਰਾਜੇ ਇਲੈਕਟ੍ਰਿਕ ਫੀਲਡ ਦੇ ਵਿੱਚ, ਠੀਕ ਹੈ, ਤਾਂ ਕੀ ਹੋਏਗਾ, ਕੀ ਹੋਏਗਾ, ਦੇਖੋ ਪਹਿਲਾਂ ਤਾਂ ਉਹ ਇੱਦਾਂ ਆ ਰਿਹਾ ਸੀ ਸਟ੍ਰੇਟ, ਠੀਕ ਹੈ, ਸਟ੍ਰੇਟ ਚੱਲ ਰਿਹਾ ਸੀ, ਸਟ੍ਰੇਟ ਲਾਈਨ ਦੇ ਵਿੱਚ, ਬਟ ਐਜ ਸੂਨ ਐਜ ਇਟ ਐਂਟਰਸ ਇਨ ਦਾ ਇਲੈਕਟ੍ਰਿਕ ਫੀਲਡ, ਠੀਕ ਹੈ, ਇਟ ਗੈਟ ਅਟ੍ਰੈਕਟਿਡ ਟੂਵਰਡ ਐਨੀ ਆਫ ਦਾ ਟਰਮੀਨਲਸ, ਠੀਕ ਹੈ। ਅਗਰ ਪੋਜ਼ਿਟਿਵਲੀ ਚਾਰਜਡ ਆ ਤਾਂ ਓਬਵੀਅਸ ਇਟ ਵਿਲ ਗੋ ਟੂਵਰਡਸ ਪੋਜ਼ਿਟਿਵ, ਸੋਰੀ ਨੈਗੇਟਿਵ ਚਾਰਜ, ਠੀਕ ਹੈ। ਅਗਰ ਹੈਗਾ ਇਹ ਆਪਣੇ ਕੋਲ ਨੈਗੇਟਿਵਲੀ ਚਾਰਜ ਤਾਂ ਫਿਰ ਪੋਜ਼ਿਟਿਵ ਵੱਲ ਨੂੰ ਜਾਊਗਾ, ਠੀਕ ਹੈ। ਚਲੋ ਹੁਣ ਪੋਜ਼ਿਟਿਵਲੀ ਚਾਰਜ ਆ ਤਾਂ ਇਹ ਕੀ ਆ, ਹੌਲੀ ਹੌਲੀ ਰਹੇ ਇੱਦਾਂ ਨੈਗੇਟਿਵ ਦੇ ਵੱਲ ਜਾਣ ਦੀ, ਠੀਕ ਹੈ, ਕੋਸ਼ਿਸ਼ ਕਰੇਗਾ, ਓਕੇ।
हेलो बच्चे, ठीक है? ऐसा तो ऐसा दा पाथ फॉलो होए कर रहे थे तो ठीक है। एक मिनट, थोड़ा जहाँ आप मॉडिफाई करते हैं ये इलेक्ट्रिक फील्ड, ठीक है? ये है अपने को चार्ज पार्टिकल, वो हौली हौली ये वालों अट्रैक्ट होता जाएगा इस तरह, ठीक है? एंड आफ्टर आफ्टर लीविंग द इलेक्ट्रिक फील्ड, ठीक है, इट विल मूव अलोंग द स्ट्रेट लाइन, ठीक है? ओहो किया स्ट्रेट लाइन दे अलोंग ही मूव करेगा। ओके रे जी, ये अगर अपने को कोई डिटेक्टर है या स्क्रीन आप वो दी गल कर रहे हैं, ठीक है? हुन देखो किसी भी एक पॉइंट पे, ठीक है, कोई भी एक पॉइंट ले लो, मान लो ए वाला पॉइंट ले लिया आप, पॉइंट पी ले, ठीक है? ए ले लो, या फिर चलो पूरे इलेक्ट्रिक फील्ड दे लई ही आपां आ डिस्टेंसेज ले लेने हैं। मान लो इधर नो डिस्टेंस हैगा एक्स, ठीक है, अलोंग एक्स एक्सिस, ते इधर नो डिस्टेंस मान लो रजे वाई, लेट, ठीक है? हुन देखो की होएगा रजे जदों चार्ज पार्टिकल है जेड़ा ओहो इलेक्ट्रिक फील्ड दे विच एंटर करता, तां आपां नूं पता कि उहदे उपर फोर्स लगदी हुंदी है। केड़ी फोर्स लगदी है? इलेक्ट्रिक फोर्स, ठीक है? जदों इलेक्ट्रिक फील्ड दे अंदर, ठीक है, जदों इलेक्ट्रिक फील्ड दे अंदर एंटर, सॉरी, अंदर जाएगा तां इट एक्सपीरियंस इलेक्ट्रिकल फोर्सेस, तां चार्ज पार्टिकल विल एक्सपीरियंस अ फोर्स, ठीक है? किन्नी होंगी है फोर्स? हाँ जी, एफ का इक्वल आएगा क्यू इंटू ई, ठीक है, क्यू इंटू ई आ जाएगा, है ना? क्योंकि चार्ज क्यू अपने को इलेक्ट्रिक फील्ड ई आ, ठीक है? हम इतों अपने को फोर्स का इक्वल होंगी है जी मास इंटू एक्सलेशन क्यू ई, तो इथों एक्सलरेशन का दे इक्वल आ जाएगा, ए आ जाऊगा क्यू ई ओवर एम, ठीक है? नेम इट टू बी इक्वेशन नंबर वन। ये आ गया अपने को रजे एक्सलरेशन की वैल्यू, ठीक है? उस तो बाद मोशन अलोंग एक्स एक्सिस, एक्स एक्सिस दे अलोंग रहे जे मोशन, ए वाली इक्वेशन तो सारे ने पढ़ी हुई है, एस इज इक्वल टू यू टी प्लस हाफ ए टी स्क्वेयर, ठीक है, सारे ने पढ़िया हुआ है। यही वाली इक्वेशन सेम आप इतने अप्लाई करांगे राजे, डिस्टेंस की जगह पे की आ जाएगा, डिस्टेंस अलोंग एक्स एक्सिस है जेड़ा वह कितना ट्रैवल किया उन्हें, एक्स इक्वल टू इज इक्वल टू की होंगे यू टी, यू की जगह आप वी ले लेने, मान लो वेलोसिटी है जी वी है, वी टी प्लस हाफ ए एक्सलरेशन, ठीक है? हुण एक्सलरेशन आ रहे जेड़ा वह जीरो होएगा, जीरो टी स्क्वेयर। उहदा रीजन की आ, देखो
ਜਿਹੜਾ ਐਕਸਲਰੇਸ਼ਨ ਪ੍ਰੋਡਿਊਸ ਹੋ ਰਿਹਾ ਰਹੇ ਤੇ ਜਿਹੜਾ ਆ ਵਾਲਾ ਐਕਸਲਰੇਸ਼ਨ ਆਪਾਂ ਨੇ ਠੀਕ ਹੈ ਫਾਈਂਡ ਕੀਤਾਗਾ ਇਹ ਹੈਗਾ ਅਲੋਂਗ y ਐਕਸਿਸ ਕਿਉਂਕਿ x ਐਕਸਿਸ ਦੇ ਅਲੋਂਗ ਤਾਂ ਦੇਖੋ ਉਹ ਚੱਲੇਗਾ ਜ਼ਰੂਰ ਬਟ ਜਿਹੜਾ ਉਹਨੇ ਐਕਸਲਰੇਟ ਹੋਣਾ ਉਹ ਅਲੋਂਗ y ਐਕਸਿਸ ਹੋਏਗਾ ਇਹਦਾ ਠੀਕ ਹੈ ਕਿਉਂਕਿ ਉਹਦੇ ਤੇ ਜਿਹੜੀ ਫੋਰਸ ਲੱਗਣੀ ਆ ਫੋਰਸ ਆ ਜਿਹੜੀ ਉਹ ਜਾਂ ਤਾਂ ਉੱਪਰ ਨੂੰ ਲੱਗੂਗੀ ਇਹਦਾ ਜਾਂ ਫਿਰ ਨੀਚੇ ਨੂੰ ਲੱਗੂ ਮਤਲਬ ਅਲੋਂਗ y ਐਕਸਿਸ ਲੱਗੇਗੀ ਹੁਣ ਓਬਵੀਅਸ ਆ ਰਿਹਾ ਜਿੱਧਰ ਨੂੰ ਫੋਰਸ ਲੱਗੂ ਉਧਰ ਨੂੰ ਹੀ ਐਕਸਲਰੇਸ਼ਨ ਵੀ ਹੋਏਗਾ ਤਾਂ ਅਲੋਂਗ x ਐਕਸਿਸ ਐਕਸਲਰੇਸ਼ਨ ਕੀ ਹੋਊਗਾ ਜ਼ੀਰੋ ਹੋਊਗਾ ਠੀਕ ਹੈ ਤਾਂ ਕੀ ਆ ਗਿਆ ਆਪਣੇ ਕੋਲੇ x is equal to vt ਬਸ ਠੀਕ ਹੈ ਇਥੋਂ t ਦੀ ਵੈਲਿਊ ਹੈ ਜਿਹੜੀ ਠੀਕ ਹੈ t ਦੀ ਵੈਲਿਊ ਤੁਸੀਂ ਇਹਨੂੰ ਲਿਖ ਲਓ x ਓਵਰ v ਠੀਕ ਹੈ ਇਹ ਆਪਾਂ ਅੱਗੇ ਯੂਜ਼ ਕਰਾਂਗੇ ਜਾ ਕੇ ਠੀਕ ਹੈ x ਓਵਰ v ਹੁਣ ਇਹ ਸੀ ਮੋਸ਼ਨ ਅਲੋਂਗ x ਐਕਸਿਸ ਇਸ ਤੋਂ ਬਾਅਦ ਆਪਾਂ ਨੇ ਕਰਨਾ ਮੋਸ਼ਨ ਅਲੋਂਗ y ਐਕਸਿਸ ਠੀਕ ਹੈ ਇਧਰ ਕਰੀਏ ਚਲੋ ਇੱਥੇ ਲਿਖ ਲੈਂਦੇ ਮੋਸ਼ਨ ਅਲੋਂਗ y ਐਕਸਿਸ ਠੀਕ ਹੈ along y axis distance ਕਿੰਨਾ y ਠੀਕ ਹੈ is equal to ut u ਨੂੰ ਆਪਾਂ v ਲਿਖ ਰਹੇ ਹਾਂ ਤੇ vt plus half at square ਇੱਥੇ 0 ਆਏਗਾ ਇੱਕ ਮਿੰਟ 0 t plus half at square ਠੀਕ ਹੈ ਰੀਜਨ ਇੱਥੇ ਜ਼ੀਰੋ ਕਿਉਂ ਲਿਆ ਯੂ ਨੂੰ ਇਨੀਸ਼ੀਅਲ ਵੈਲੋਸਿਟੀ ਨੂੰ ਜ਼ੀਰੋ ਕਿਉਂ ਲੈ ਰਹੇ ਹਾਂ ਰਜੇ ਕਿਉਂਕਿ ਇਨੀਸ਼ੀਅਲੀ ਜਿਹੜਾ ਪਾਰਟੀਕਲ ਸੀ ਉਹ ਅਲੋਂਗ ਐਕਸ ਐਕਸਿਸ ਚੱਲ ਰਿਹਾ ਸੀ ਉਹ ਸਟ੍ਰੇਟ ਲਾਈਨ ਦੇ ਵਿੱਚ ਚੱਲ ਰਿਹਾ ਸੀ ਠੀਕ ਹੈ ਇਟ ਵਾਸ ਨਾਟ ਹੈਵਿੰਗ ਐਨੀ ਮੋਸ਼ਨ ਅਲੋਂਗ ਵਾਈ ਐਕਸਿਸ ਵਾਈ ਐਕਸਿਸ ਦੇ ਅਲੋਂਗ ਤਾਂ ਉਹਦਾ ਕੋਈ ਮੋਸ਼ਨ ਹੀ ਨਹੀਂ ਸੀ ਹੋ ਰਿਹਾ ਠੀਕ ਹੈ ਸਟਾਰਟਿੰਗ ਦੇ ਵਿੱਚ ਇਨੀਸ਼ੀਅਲ ਵੈਲੋਸਿਟੀ ਦੀ ਗੱਲ ਕਰ ਰਹੇ ਹਾਂ ਨਾ ਤਾਂ ਇਨੀਸ਼ੀਅਲੀ ਕੀ ਆ ਉਹ ਸਿਰਫ along x-axis ਹੀ ਮੂਵ ਕਰ ਰਿਹਾ ਸੀ ਤਾਂ ਕਰਕੇ ਉਹਦੀ ਇਨੀਸ਼ੀਅਲ ਵੈਲੋਸਿਟੀ along y-axis 0 ਹੋਵੇਗੀ ਠੀਕ ਹੈ ਹੁਣ ਇੱਥੋਂ ਕੀ ਆਏਗਾ ਦੇਖੋ y is equal to half a a ਕਿੰਨਾ ਆਇਆ ਰਹੇ ਐਕਸਲਰੇਸ਼ਨ q e by m into ਕੀ ਹੈ t square ਦੀ ਆ ਵਾਲੀ ਵੈਲਿਊ ਪੁੱਟ ਕਰ ਦੋ ਰਹੇ ਜਿਹੜੀ ਆ ਨੀਚੇ ਆਈ ਸੀ ਨਾ ਆਪਣੇ ਕੋਲੇ ਦੇਖੋ ਇਹ ਵਾਲੀ t is equal to x over v ठीक है पुट कर दो वैल्यू x ओवर v होल स्क्वायर ठीक है ओ क्यों क्योंकि आप मोशन ਆ ਹੁਣ ਜਿਹੜਾ ਉਹ ਪਲੇਨ ਦੇ ਵਿੱਚ ਹੋ ਰਿਹਾ ਉਹ ਲੌਂਗ x ਐਕਸਿਸ ਵੀ ਆ ਲੌਂਗ y ਐਕਸਿਸ ਵੀ ਆ ਤਾਂ ਆਪਾਂ ਦੋਨਾਂ ਨੂੰ ਕੰਬਾਈਨ ਕਰਤਾ ਇਥੋਂ x ਐਕਸਿਸ ਵਾਲਾ ਲੈ ਲਿਆ ਆ y ਐਕਸਿਸ ਵਾਲੀ ਇਕੁਏਸ਼ਨ ਹੈਗੀ ਹੋਈ ਸੀ ਠੀਕ ਹੈ ਤਾਂ ਵਾਟ ਵਿਲ ਵੀ ਗੈਟ y is equal to half q e over m v square x square ਆ ਵਾਲੀ ਚੀਜ਼ ਆ ਗਈ ਆਪਣੇ ਕੋਲ ਠੀਕ ਹੈ half q e over m v square into x square ਇਸ ਤੋਂ ਬਾਅਦ ਦੇਖੋ ਇਹ ਤੋਂ ਬਾਅਦ ਕੀ ਆਏਗਾ ਰਜੇ y is equal to k x square ਆ ਵਾਲਾ ਆ ਗਿਆ ਠੀਕ ਹੈ ਹੁਣ ਇੱਥੇ k ਕੀ ਆ k ਕਾਦੇ ਇਕੁਅਲ ਆ ਰਜੇ k ਕਾਦੇ ਇਕੁਅਲ ਆ ਦੇਖੋ x ਸਕੁਅਰ ਵੀ ਲਿਖਤਾ ਆਪਾਂ ਮਤਲਬ ਆ ਵਾਲੀ ਜਿਹੜੀ ਟਰਮ ਆ ਹਾਫ ਠੀਕ ਹੈ ਹਾਫ q e ਓਵਰ m v ਸਕੁਅਰ ਠੀਕ ਹੈ ਇਜ ਆ ਕਾਂਸਟੈਂਟ ਇਹ ਕੀ ਆ ਇੱਕ ਕਾਂਸਟੈਂਟ ਹੋਏਗਾ ਠੀਕ ਹੈ ਬੱਚੇ ਰੀਜਨ ਕੀ ਆ ਦੇਖੋ 1/2 ਤਾਂ ਓਬਵੀਅਸ ਆ ਕਾਂਸਟੈਂਟ ਹੈਗਾ ਹੀ ਆ ਕਿਉਂ ਚਾਰਜ ਵੀ ਕਾਂਸਟੈਂਟ ਆ ਇਲੈਕਟ੍ਰਿਕ ਫੀਲਡ ਆ ਜਿਹੜੀ ਉਹ ਆਪਾਂ ਯੂਨੀਫਾਰਮ ਲੈ ਰਹੇ ਆ ਇੰਨਾ ਧਿਆਨ ਰੱਖਿਓ ਠੀਕ ਹੈ ਜਿੱਥੇ ਆਪਾਂ ਲਿਖਿਆ ਸੀ ਨਾ ਮੋਸ਼ਨ ਅੰਡਰ ਇਲੈਕਟ੍ਰਿਕ ਫੀਲਡ ਉਹ ਯੂਨੀਫਾਰਮ ਇਲੈਕਟ੍ਰਿਕ ਫੀਲਡ ਉਹ ਚੇਂਜ ਨਹੀਂ ਹੋ ਰਹੀ ਠੀਕ ਹੈ ਮਾਸ ਓਬਵੀਅਸ ਆ ਕਾਂਸਟੈਂਟ ਹੋਏਗਾ v ਠੀਕ ਹੈ v ਕੀ ਆ v ਕੀ ਸੀ ਰਜੇ ਧਿਆਨ ਦਿਓ
ਇਹ ਆਪਾਂ ਲਈ ਸੀ ਵੈਲੋਸਿਟੀ ਅਲੋਂਗ ਐਕਸ ਐਕਸਿਸ। ਦੇਖੋ v ਕੀ ਸੀ, ਵੈਲੋਸਿਟੀ ਅਲੋਂਗ ਐਕਸ ਐਕਸਿਸ, ਮਤਲਬ ਜਿਸ ਵੈਲੋਸਿਟੀ ਦੇ ਨਾਲ ਇਹ ਮੂਵ ਕਰ ਰਿਹਾ ਸੀ ਇਦਾਂ। ਓਕੇ, ਇਹ ਵੀ ਕਾਂਸਟੈਂਟ ਆ, ਠੀਕ ਹੈ ਨਾ, ਕਾਂਸਟੈਂਟ ਹੀ ਹੋਏਗੀ ਕਿਉਂਕਿ ਜਦੋਂ ਉਹ ਇਲੈਕਟ੍ਰਿਕ ਫੀਲਡ ਦੇ ਵਿੱਚ ਐਂਟਰ ਕਰਕੇ ਆ ਰਹੇ ਤੇ ਆਪਾਂ ਕੀ ਕਿਹਾ ਕਿ ਅਲੋਂਗ ਐਕਸ ਐਕਸਿਸ ਦੇਰ ਵਿਲ ਬੀ ਨੋ ਐਕਸਲਰੇਸ਼ਨ, ਐਕਸ ਐਕਸਿਸ ਦੇ ਅਲੋਂਗ ਕੋਈ ਵੀ ਐਕਸਲਰੇਸ਼ਨ ਨਹੀਂ ਹੋਏਗਾ। ਇਹਦਾ ਮੀਨਿੰਗ ਕੀ ਆ, ਐਕਸਲਰੇਸ਼ਨ ਜ਼ੀਰੋ ਹੋਣ ਦਾ ਮਤਲਬ ਕੀ ਆ ਰਿਹਾ, ਵੈਲੋਸਿਟੀ ਕਾਂਸਟੈਂਟ ਆ, ਹੈ ਨਾ, ਇਹੀ ਹੁੰਦਾ ਨਾ। ਦੇਖੋ ਐਕਸਲਰੇਸ਼ਨ ਕੀ ਲੈਂਦੇ ਹੁੰਦੇ ਆਪਾਂ, ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ ਓਵਰ ਟਾਈਮ। ਅਗਰ ਐਕਸਲਰੇਸ਼ਨ ਜ਼ੀਰੋ ਆ, ਅਗਰ ਇਹ ਜ਼ੀਰੋ ਆ, ਇਹਦਾ ਮੀਨਿੰਗ ਕੀ ਆ ਕਿ v ਇਜ਼ ਇਕੁਅਲ ਟੂ u ਹੋਏਗਾ, ਫਿਰ ਕਾਂਸਟੈਂਟ ਹੋਏਗੀ ਵੈਲੋਸਿਟੀ, ਠੀਕ ਹੈ। ਤਾਂ ਕਰਕੇ ਆਪਾਂ ਸਾਰੀ ਟਰਮ ਨੂੰ ਰਜੇ, ਇਹ ਸਾਰੀ ਟਰਮ ਨੂੰ ਕਾਂਸਟੈਂਟ ਲਿਖਤਾ, k ਲਿਖਤਾ, ਠੀਕ ਹੈ। ਹੁਣ ਇੱਥੋਂ ਆ ਕੀ ਰਿਹਾ, ਦੇਖੋ ਆਹ ਵਾਲੀ ਚੀਜ਼ ਬਣੀ ਆ, ਆਹ ਇਕੁਏਸ਼ਨ ਬਣੀ ਆ ਆਪਣੇ ਕੋਲੇ, ਠੀਕ ਹੈ। ਕੀ ਬਣਿਆ ਗਿਆ, y ਇਜ਼ ਇਕੁਅਲ ਟੂ k x ਸਕੁਅਰ, ਠੀਕ ਹੈ। ਇਹ ਕਾਹਦੀ ਇਕੁਏਸ਼ਨ ਹੁੰਦੀ ਹੈ ਰਜੇ, ਹਾਂਜੀ ਤੁਹਾਡੇ ਚੋਂ ਦੱਸੋ, ਆਹ ਵਾਲੀ ਜਿਹੜੀ ਇਕੁਏਸ਼ਨ ਬਣੀ ਹੈ ਆਪਣੇ ਕੋਲੇ, y ਇਜ਼ ਇਕੁਅਲ ਟੂ k x ਸਕੁਅਰ, ਠੀਕ ਹੈ, ਇਹ ਕਾਹਦੀ ਇਕੁਏਸ਼ਨ ਹੁੰਦੀ ਹੈ, ਤੁਸੀਂ ਜਿਹੜੇ ਮੈਥ ਵਾਲੇ ਹੋ ਸਪੈਸ਼ਲੀ, ਤੁਹਾਨੂੰ ਤਾਂ ਪਤਾ ਹੀ ਹੋਏਗਾ ਰਜੇ, ਹਾਂਜੀ। ਵੈਸੇ ਪਲੱਸ ਵਨ ਦੇ ਵਿੱਚ ਤੁਸੀਂ ਫਿਜਿਕਸ ਦੇ ਵਿੱਚ ਵੀ ਪੜ੍ਹਿਆ ਹੀ ਆ ਕਿਤੇ ਨਾ ਕਿਤੇ ਇਹ ਵਾਲੀਆਂ ਚੀਜ਼ਾਂ, ਹਾਂਜੀ ਬੱਚੇ। ਪੈਰਾਬੋਲਾ ਜੀ, ਓਕੇ, ਹਾਂਜੀ। ਬਾਕੀ ਬੱਚੇ ਇਕੁਏਸ਼ਨ ਆਫ ਪੈਰਾਬੋਲਾ, ਓਕੇ, ਠੀਕ ਹੈ, ਸਹੀ ਆ। ਇਹ ਕੀ ਆ, ਪੈਰਾਬੋਲਾ ਦੀ ਇਕੁਏਸ਼ਨ ਹੁੰਦੀ ਹੈ ਰਜੇ, ਠੀਕ ਹੈ। ਕੀ ਲਿਖਾਂਗੇ ਆਪਾਂ ਇੱਥੇ, ਵਿਚ ਇਜ ਦ ਇਕੁਏਸ਼ਨ ਆਫ ਪੈਰਾਬੋਲਾ, ਠੀਕ ਹੈ। ਹੁਣ ਜਿਹਨਾਂ ਨੂੰ ਨਹੀਂ ਪਤਾ ਰਜੇ, ਠੀਕ ਹੈ, ਹੋ ਸਕਦਾ ਤੁਸੀਂ ਨਾ ਪੜ੍ਹਿਆ ਹੋਵੇ ਇਹ ਵਾਲੀ ਚੀਜ਼, ਸਪੈਸ਼ਲੀ ਜਿਹੜੇ ਬਾਇਓ ਵਾਲੇ ਹੋ, ਠੀਕ ਹੈ। ਪੈਰਾਬੋਲਾ ਰਜੇ ਇੱਕ ਇੱਦਾਂ ਦੀ ਆਪਣੇ ਕੋਲੇ ਜਮੈਟਰੀਕਲ ਫਿਗਰ ਆ, ਕੋਨਿਕ ਸੈਕਸ਼ਨ ਦੇ ਵਿੱਚ ਆਉਂਦਾ ਗਾ ਇਹ, ਠੀਕ ਹੈ। ਉਹ ਸੋਰੀ, ਇੱਥੋਂ ਨਹੀਂ, ਇੱਥੋਂ ਵੀ ਇਹਦਾ ਹੋ ਸਕਦਾ ਹੁੰਦਾ ਵੈਸੇ ਇਹ, ਇੱਕ ਮਿੰਟ, ਇੱਦਾਂ, ਠੀਕ ਹੈ, ਇਹ ਪੈਰਾਬੋਲਾ ਹੁੰਦਾ ਰਜੇ, ਠੀਕ ਹੈ। ਇਹਦੀ ਇਕੁਏਸ਼ਨ ਦੀ ਤੁਸੀਂ ਪਛਾਣ ਕੀ ਰੱਖਣੀ ਹੈ, ਠੀਕ ਹੈ, ਪਹਿਚਾਣ ਕੀ ਆ ਕਿ ਇੱਕ ਵੇਰੀਏਬਲ ਆ ਜਿਹੜਾ, ਠੀਕ ਹੈ, ਇੱਕ ਵੇਰੀਏਬਲ ਦਾ ਸਕੁਅਰ ਆ ਜਿਹੜਾ ਉਹ ਦੂਸਰੇ ਵੇਰੀਏਬਲ ਦੀ ਪਾਵਰ 1 ਦੇ ਪ੍ਰਪੋਰਸ਼ਨਲ ਹੁੰਦਾ ਹਮੇਸ਼ਾ, ਠੀਕ ਹੈ। ਮਤਲਬ ਅਗਰ ਇੱਧਰ x ਸਕੁਅਰ ਆ ਗਿਆ ਤਾਂ ਇੱਧਰ y ਦੀ ਪਾਵਰ 1 ਹੋਏਗੀ, ਜਾਂ ਫਿਰ ਅਗਰ ਇੱਧਰ y ਸਕੁਅਰ ਆ ਰਿਹਾ, ਠੀਕ ਹੈ, ਤਾਂ ਇੱਧਰ x ਦੀ ਪਾਵਰ 1 ਹੋਏਗੀ। ਆਹ ਚੀਜ਼ ਯਾਦ ਰੱਖਣੀ ਆ ਤੁਸੀਂ, ਠੀਕ ਹੈ। ਮਤਲਬ ਇੱਕ ਵੇਰੀਏਬਲ ਦੀ ਪਾਵਰ 2 ਆ ਜਿਹੜੀ, ਉਹ ਦੂਸਰੇ ਵੇਰੀਏਬਲ ਦੀ ਪਾਵਰ 1 ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਆ, ਇੰਨਾ ਕੁ ਯਾਦ ਰੱਖੋ, ਠੀਕ ਹੈ। ਸੇਮ ਚੀਜ਼ ਦੇਖੋ ਆਪਣੇ ਕੋਲ ਇੱਥੇ ਬਣ ਰਹੀ ਆ, ਐਕਸ ਸਕੁਅਰ ਆ ਜਿਹੜਾ ਉਹ ਵਾਈ ਦੇ ਪ੍ਰਪੋਰਸ਼ਨਲ ਆਊਗਾ, ਠੀਕ ਹੈ। ਓਕੇ ਬੱਚੇ, ਹੁਣ ਇੱਥੋਂ ਆਪਾਂ ਕੀ ਕਹਿ ਸਕਦੇ ਹਾਂ, ਇੱਥੋਂ ਆਪਾਂ ਕੀ ਬੋਲ ਸਕਦੇ ਹਾਂ, ਦੇਅਰਫੋਰ ਚਾਰਜਡ ਪਾਰਟੀਕਲ ਇਨਸਾਈਡ an electric field follows a parabolic path, ਠੀਕ ਹੈ। ਆਹ ਵਾਲੀ ਚੀਜ਼ ਬਣ ਰਹੀ ਹੈ ਰਾਜੇ, ਆ ਦੇਖੋ ਇਹ ਪੈਰਾਬੋਲਾ ਦੀ ਹੀ ਸ਼ੇਪ ਬਣ ਰਹੀ ਹੈਗੀ, ਅਗਰ ਆਪਾਂ ਇਹਨੂੰ ਨੋਟਿਸ ਕਰੀਏ, ਠੀਕ ਹੈ। ਤਾਂ ਚੀਜ਼ ਯਾਦ ਰੱਖਣੀ ਆ, ਜਦੋਂ ਵੀ ਕੋਈ ਪਾਰਟੀਕਲ ਰਜੇ
चार्ज्ड पार्टिकल इलैक्ट्रिक फील्ड दे विच एंटर करेगा तां उहदा जिहड़ा पाथ होएगा उह पैराबोलिक हुंदा इन नेचर। ठीक है, हो इह तुसीं देखो एक बारी पढ़िया भी होया तुसीं प्रोजैक्टाइल मोशन वाले च। ठीक है, प्लस वन दे विच प्रोजैक्टाइल मोशन आपां ने पढ़िया सी, उहदे विच कीता होया तुसीं। ठीक है, याद करो। हाँ जी राजे, आ वाले टॉपिक दे विच कोई प्रॉब्लम किसी नूं दस्सो, अगर कोई प्रॉब्लम हैगी आ तां। एक्स एक्सिस ए किवें होगी, रिपीट कर दो। ठीक है राजे, कर देने। क्योंकि देखो राजे, जेड़ा अपने जो चार्ज पार्टिकल, ठीक है, एंटर किया इलैक्ट्रिक फील्ड के अंदर, ठीक है, तो की होया की होएगा, वो मूव तो देखो दोनों दे अलोंग कर रहा। ठीक है, ये नहीं है भाई वह मूव किसी एक एक्सिस दे अलोंग करूगा, वह प्लेन दे विच मूव कर रहा, मतलब दोनों एक्सिस है जिहड़ियां इनकलूडेड होणगियां। ठीक है, बट अगर आप देखिए उसकी वेलोसिटी है जिहड़ी वह चेंज रजे होएगी सिर्फ तो सिर्फ अलोंग वाई एक्सिस, क्योंकि वह अट्रैक्ट होएगा, वह अट्रैक्ट होएगा जाता नैगेटिव बल जां फिर वह पॉजिटिव बल इदा। ठीक है, दोनों ही केसेस दे विच की है, दोनों ही केसेस दे विच रजे होएगा कि अपने कोले जेड़ा वेलोसिटी चेंज हो, देखो फोर्स लगेगी ना, अट्रैक्ट करूगी, अट्रैक्शन होएगी, अट्रैक्शन की होंगी है फोर्स होंगी है ओबवियस। ठीक है, हुण अगर ये इनू अट्रैक्ट कर रहा फोर्स लग रही है तो फिर एक्सेलरेशन भी होएगा। ठीक है, फोर्स करके ही एक्सेलरेशन होंगे ना बट एक मिनट जदों पार्टिकल एंटर किया इलैक्ट्रिक फील्ड के अंदर, ठीक है, तां उहदे उपर फोर्स लगेगी सिर्फ ते सिर्फ अलोंग वाई एक्सिस, एक्स एक्सिस दे अलोंग उहदे उपर कोई भी फोर्स नहीं लगू रहे। ठीक है, हुण जिधर नूं फोर्स होएगी ऑबवियस आ उधर नूं ही एक्सेलरेशन होगा रहे। ठीक है, एक्स एक्सिस दे अलोंग तां उह पहला भी चली जा रहा सी, देखो इदां। ठीक है, जदों कि उहदे उपर कोई भी फोर्स नहीं सी लग रही बट ਉਹ ਇਹਦੇ ਅੰਦਰ ਵੀ ਚੱਲੀ ਜਾਊਗਾ ਐਕਸ ਐਕਸਿਸ ਦੇ ਅਲੋਂਗ। ਠੀਕ ਹੈ, ਬਟ ਉਹ ਵਾਈ ਐਕਸਿਸ ਦੇ ਅਲੋਂਗ ਰਜੇ ਡਿਫਲੈਕਟ ਹੋਏਗਾ। ਠੀਕ ਹੈ, ਡਿਫਲੈਕਟ ਤਾਂ ਹੁੰਦਾ ਕਿਉਂਕਿ ਉਹਦੇ ਉੱਪਰ ਫੋਰਸ ਲੱਗ ਰਹੀ ਹੈ। ਠੀਕ ਹੈ, ਫੋਰਸ ਹੋਏਗੀ ਤਾਂ ਹੀ ਉਹ ਐਕਸ ਤਾਂ ਉਧਰ ਨੂੰ ਐਕਸਲੇਸ਼ਨ ਵੀ ਹੋਏਗਾ। ਠੀਕ ਹੈ, ਐਕਸ ਐਕਸਿਸ ਦੇ ਅਲੋਂਗ ਕਿਉਂਕਿ ਕੋਈ ਵੀ ਫੋਰਸ ਨਹੀਂ ਲੱਗ ਰਹੀਗੀ ਤਾਂ ਐਕਸਲੇਸ਼ਨ ਵੀ ਕੀ ਹੋਏਗਾ, ਜ਼ੀਰੋ ਹੋਏਗਾ। ਠੀਕ ਹੈ, ਆਹ ਵਾਲੀ ਚੀਜ਼ ਹੈ। हाँ जी, हूँ क्लियर है सुखमन? हाँ जी, ठीक है। इस तो बाद हैगा रजे अपने कोले नेक्स्ट टॉपिक हैगा मोशन ऑफ चार्ज्ड पार्टिकल अंडर यूनिफॉर्म मैग्नेटिक फील्ड। ठीक है, इस तो पहला वाला जिहड़ा आपां ने कीता सीगा ओह यूनिफॉर्म इलैक्ट्रिक फील्ड दे अंडर सी, यह यूनिफॉर्म मैग्नेटिक फील्ड दे अंडर करना। ठीक है, इनू ध्यान नाल समझ लियो रे। ठीक है, अगर ये तुहानू समझ आ गया मैग्नेटिक फील्ड वाला तां साइक्लोट्रॉन ईजली समझ आ जूगा। ठीक है, जिहड़ा आपां मैग्नेटिक फील्ड वाला कर रहे हैं ना, ये बहुत हद तक आलमोस्ट सेम चीज है जिहड़ा कि आपां साइक्लोट्रॉन दे अंडर पढ़ना गा। ठीक है, तो ध्यान नाल कर लियो इहनूं। ठीक है दीदी, पहला हुण टॉपिक ही है अपना
ਟੌਪਿਕ ਹੈਗਾ ਆ ਮੋਸ਼ਨ ਆਫ ਚਾਰਜਡ ਪਾਰਟੀਕਲ ਚਾਰਜਡ ਪਾਰਟੀਕਲ ਠੀਕ ਹੈ ਅੰਡਰ ਯੂਨੀਫਾਰਮ ਮੈਗਨੈਟਿਕ ਫੀਲਡ ठीक है ये वाला टॉपिक है जी अपना हम देखो लेट वी कंसीडर अ सिस्टम कोऑर्डिनेट सिस्टम ठीक है इधर नो एक्स एक्सिस वाई एक्सिस जी एक्सिस ठीक है वन ए हैगा अपने कोले ओरिजन ओ ठीक है एक ही है ओरिजन ओ ओरिजन ठीक है नाउ लेट वी कंसीडर द चार्ज्ड पार्टिकल ठीक है हुन जेडी मैग्नेटिक फील्ड आ रहे जे वो अपन ले रहे हैं अलोंग एक्स एक्सिस इधर ठीक है यूनिफॉर्म मैग्नेटिक फील्ड लेनी है ना यूनिफॉर्म मैग्नेटिक फील्ड है जेडी वो अपन इधर लेने होने रहे जे इन दी फॉर्म ऑफ पैरेलल लाइंस ठीक है अतः पता ना सारे नु जिधर इलेक्ट्रिक फील्ड दे लिया अपन ने किता सी यूनिफॉर्म इलेक्ट्रिक फील्ड नू अपा पैरेलल स्ट्रेट लाइंस दे नाल रिप्रेजेंट करदे आ सेम गोज फॉर मैग्नेटिक फील्ड आल्सो ठीक है मैग्नेटिक फील्ड आ जेडी ओनू भी अपा यूनिफॉर्म मैग्नेटिक फील्ड नू भी अपा एदा ही रिप्रेजेंट करदे आ विद द हेल्प ऑफ पैरेलल स्ट्रेट लाइंस ठीक है क्योंकि यूनिफॉर्म मैग्नेटिक फील्ड लेना अपा ने ठीक है हुण चार्ज पार्टिकल इहदे विच एंटर करेगा रे जे मान लो वो इतों एंटर कर रहा ओरिजन तो ठीक है लेट इनिशियली वो इदा चलिया लेट ठीक है वो की आ उहदा जिहड़ा इनिशियल वेलोसिटी वैक्टर सी वो इदा गा वी ठीक है वी लेना वी ले लो यू लेना यू ले लो जिहड़ा मर्जी ठीक है ये आ जाएगा अपने कोल ठीक है जी हुण देखो ध्यान नाल लेट ए जेड़ा वेलोसिटी वेक्टर आ इट इज मेकिंग एन एंगल थीटा विद द डायरेक्शन ऑफ मैग्नेटिक फील्ड ठीक है इधर नो मैग्नेटिक फील्ड है ना तो मैग्नेटिक फील्ड दे नाल मान लो रे जे ओ एंगल थीटा बना रहा है ठीक है तो होएगा की देखो पहली चीज कोई भी आपा एक्सप्रेशन शुरू कर दे रे जे ਆਪਾਂ ਜਿਹੜੀ ਡਾਇਰੈਕਸ਼ਨ ਆ ਉਹ ਜਨਰਲ ਲੈਣੀ ਆ ਆਪਾਂ ਐਂਗਲ ਆ ਜਿਹੜਾ ਉਹ ਜਨਰਲ ਲੈਣਾ ਹੁੰਦਾ ਗਾ ਇਹ ਨਹੀਂ ਵੀ ਆਪਾਂ ਪਹਿਲਾਂ ਹੀ ਕੋਈ 0 ਡਿਗਰੀ 90 ਡਿਗਰੀ 180 ਡਿਗਰੀ ਇਦਾਂ ਕਰ ਦਈਏ ਠੀਕ ਹੈ ਇਹ ਚੀਜ਼ ਕਦੇ ਨਹੀਂ ਕਰਨੀ ਨਾ ਤਾਂ ਆਪਾਂ ਇਹਨੂੰ ਅਲੋਂਗ ਐਕਸ ਐਕਸਿਸ ਲੈ ਕੇ ਚੱਲਣਾ ਨਾ ਹੀ ਅਲੋਂਗ ਵਾਈ ਐਕਸਿਸ ਲੈ ਕੇ ਚੱਲਾਂਗੇ ਉਹ ਤਾਂ ਆਪਾਂ ਈਜ਼ਲੀ ਕਰ ਸਕਦੇ ਹਾਂ ਬਹੁਤ ਈਜ਼ਲੀ ਹੋ ਜਾਏਗਾ ਜਦੋਂ ਕਿ ਅਗਰ ਆਪਾਂ ਇਹ ਕਰਦੇ ਹਾਂ ਇਹਦਾ ਐਕਸਪ੍ਰੈਸ਼ਨ ਬਣ ਜਾਏਗਾ ਉਹਦੇ ਵਿੱਚ ਜਿੰਨੀਆਂ ਮਰਜ਼ੀ ਵੈਲਿਊਜ਼ ਪੁੱਟ ਕਰੀ ਜਾਓ ਰਜੇ ਥੀਟਾ ਦੀਆਂ ਠੀਕ ਹੈ ਤਾਂ ਪਹਿਲੀ ਚੀਜ਼ ਕੀ ਕਰਨੀ ਹੈ ਆਪਾਂ ਫਸਟ ਥਿੰਗ ਵੀ ਵਿਲ ਡੂ ਇਜ਼ ਵੀ ਜੋ ਜਿਹੜਾ ਹੈਗਾ ਇਹਨੂੰ ਰਿਜ਼ੋਲਵ ਕਰਨਾ ਵੀ ਕੈਨ ਬੀ ਰਿਜ਼ੋਲਵਡ ਇਨਟੂ ਟੂ ਕੰਪੋਨੈਂਟਸ ਇਨਟੂ ਟੂ ਕੰਪੋਨੈਂਟਸ ਠੀਕ ਹੈ ਕੀ ਆ ਦੋ ਕੰਪੋਨੈਂਟ ਬਣਨਗੇ ਰਜੇ ਇੱਕ ਤਾਂ ਹੋਏਗਾ ਇਹਦੇ ਅਲੋਂਗ ਤੇ ਇੱਕ ਹੋਏਗਾ ਇਹਦੇ ਅਲੋਂਗ ਠੀਕ ਹੈ ਜਿਹਦੇ ਨਾਲ ਐਂਗਲ ਬਣ ਰਿਹਾ ਜਿਹੜੀ ਐਕਸਿਸ ਨਾਲ ਉਧਰ ਨੂੰ ਕੀ ਬਣਦਾ ਹੁੰਦਾ ਆਪਣੇ ਕੋਲੇ ਇਹ
ਇਧਰ ਨੂੰ ਆਪਣੇ ਕੋਲੇ ਬਣਦਾ ਹੁੰਦਾ ਰਹੇ ਜੇ ਕੋਸ ਥੀਟਾ ਵਾਲਾ ਕੰਪੋਨੈਂਟ, ਠੀਕ ਹੈ। ਇਧਰ ਨੂੰ ਵੀ ਐਕਸ ਬਣੇਗਾ, ਵੀ ਐਕਸ ਕੀ ਆ, ਵੀ ਕੋਸ ਥੀਟਾ। ਵੀ ਵਾਈ ਕੀ ਆ, ਵੀ ਵਾਈ ਹੈਗਾ ਆਪਣੇ ਕੋਲੇ ਵੀ ਸਾਈਨ ਥੀਟਾ, ਠੀਕ ਹੈ। ਵੀ ਕੋਸ ਥੀਟਾ ਤੇ ਵੀ ਸਾਈਨ ਥੀਟਾ, ਤਾਂ ਆਪਾਂ ਇਹਨੂੰ ਲਿਖਦੇ ਨੇ ਆ ਵੀ ਐਕਸ ਇਜ ਇਕੁਅਲ ਟੂ ਵੀ ਕੋਸ ਥੀਟਾ ਅਲੋਂਗ ਐਕਸ ਐਕਸਿਸ, ਠੀਕ ਹੈ, ਤੇ ਵੀ ਵਾਈ ਇਜ ਇਕੁਅਲ ਟੂ ਵੀ ਸਾਈਨ ਆਫ ਥੀਟਾ ਅਲੋਂਗ ਵਾਈ ਐਕਸਿਸ, ਠੀਕ ਹੈ। ਓਕੇ, ਹੁਣ ਇਸ ਤੋਂ ਬਾਅਦ ਦੇਖੋ ਜਿਹੜਾ ਆਪਣੇ ਕੋਲੇ ਆਹ ਵਾਲਾ ਕੰਪੋਨੈਂਟ ਆ ਰਿਹਾ, ਦੇਖੋ ਵੀ ਵਾਈ, ਠੀਕ ਹੈ। ਵੀ ਵਾਈ ਜਿਹੜਾ ਆ ਰਿਹਾ ਗਾ ਇਹਦੇ ਤੇ ਅਗਰ ਆਪਾਂ ਦੇਖੀਏ, ਹੁਣ ਯਾਦ ਕਰੋ ਚਾਰਜਡ ਪਾਰਟੀਕਲ ਐਂਟਰ ਕੀਤਾ ਮੈਗਨੈਟਿਕ ਫੀਲਡ ਦੇ ਵਿੱਚ। ਹੁਣ ਜਦੋਂ ਚਾਰਜਡ ਪਾਰਟੀਕਲ ਜੇ ਮੈਗਨੈਟਿਕ ਫੀਲਡ ਦੇ ਵਿੱਚ ਐਂਟਰ ਕਰਦਾ ਤਾਂ ਆਪਾਂ ਨੂੰ ਪਤਾ ਉਦੋਂ ਵੀ ਇਹ ਫੋਰਸ ਐਕਸਪੀਰੀਅੰਸ ਕਰਦਾ ਹੁੰਦਾ, ਉਦੋਂ ਹੁੰਦੀ ਹੈ ਇਹਦੇ ਉੱਪਰ ਮੈਗਨੈਟਿਕ ਫੋਰਸ, ਠੀਕ ਹੈ। ਫੋਰਸ ਐਕਸਪੀਰੀਅੰਸਡ ਬਾਏ ਚਾਰਜਡ ਪਾਰਟੀਕਲ, ਠੀਕ ਹੈ। ਕਿੰਨੀ ਹੁੰਦੀਆਂ? ਹਾਂਜੀ ਰਾਜੇ, ਨੌ ਜਾਣੇ ਰਹਿ ਗਏ। ਦੇਖ ਲਓ ਸਿੰਸੇਰਿਟੀ, ਦੇਖੋ ਰਾਜੇ ਤੁਸੀਂ, ਮੈਂ ਪਹਿਲਾਂ ਕਹਿ ਕੇ ਹਟਿਆ ਵੀ ਇਹ ਜਿਹੜਾ ਟੌਪਿਕ ਆ ਇਹ ਜ਼ਰੂਰੀ ਆ, ਅਗਰ ਇਹ ਸਮਝ ਆ ਗਿਆ ਤਾਂ ਸਾਈਕਲੋਡ੍ਰੋਨ ਵੀ ਸਮਝ ਆ ਜਾਏਗਾ। ਨੌ ਜਾਣੇ ਦੇਖ ਰਹੇ ਹੋ, ਦੇਖ ਲਓ ਉਦੋਂ ਜਦੋਂ ਕਈ ਸੀ ਗੱਲ ਉਦੋਂ 15 ਜਾਣੇ ਸੀ। ਚਲੋ ਜਿਹਨੇ ਨਹੀਂ ਕਰਨਾ ਆਪਾਂ ਧੱਕੇ ਨਾਲ ਤਾਂ ਕਰਵਾ ਨਹੀਂ ਸਕਦੇ, ਜਿਹੜੇ ਹੈਗੇ ਆ ਤੁਸੀਂ ਕਰੋ। ਫੋਰਸ ਐਕਸਪੀਰੀਅੰਸਡ ਬਾਏ ਚਾਰਜ ਇਨ ਮੈਗਨੈਟਿਕ ਫੀਲਡ ਕਾਹਦੇ ਇਕੁਅਲ ਹੁੰਦੀ ਆ ਰਾਜੇ, ਕਿੰਨੀ ਹੁੰਦੀ ਆ ਫੋਰਸ? ਹਾਂਜੀ ਜਲਦੀ ਦੱਸੋ ਕੋਈ ਵੀ ਜਣਾ, ਅੱਗੇ ਕਰੀਏ ਫਿਰ। ਫੋਰਸ ਕਾਹਦੇ ਇਕੁਅਲ ਹੁੰਦੀ ਆ? ਯੈਸ, ਐਫ ਇਜ ਇਕੁਅਲ ਟੂ ਕਿਊ ਵੀ ਬੀ, ਠੀਕ ਹੈ ਰਾਜੇ, ਗੁੱਡ, ਠੀਕ ਹੈ। ਆਹ ਕੀਤਾ ਸੀ ਦੇਖੋ ਆਪਾਂ ਨੇ ਕਿਊ ਵੀ ਕ੍ਰੋਸ ਬੀ ਆਈ ਆਇਆ ਸੀ ਨਾ, ਠੀਕ ਹੈ। ਠੀਕ ਹੈ ਰਾਜੇ, ਐਫ ਇਜ ਇਕੁਅਲ ਟੂ ਕਿਊ ਵੀ ਕ੍ਰੋਸ ਬੀ ਇਹਦੇ ਇਕੁਅਲ ਹੁੰਦਾ ਹੈ ਨਾ, ਤਾਂ ਕਿਊ ਵੀ ਬੀ, ਠੀਕ ਹੈ। ਅਗਰ ਆਪਾਂ ਅਲੋਂਗ ਵਾਈ ਐਕਸਿਸ ਦੇਖੀਏ ਇਹਦੇ ਅਲੋਂਗ, ਠੀਕ ਹੈ, ਤਾਂ ਇੱਧਰ ਨੂੰ ਜਿਹੜੀ ਵਿਲੋਸਟੀ ਆ ਉਹ ਕੀ ਆ, ਵੀ ਵਾਈ ਦੇ ਇਕੁਅਲ ਆ। ਅਲੋਂਗ ਵਾਈ ਐਕਸਿਸ ਵਿਲੋਸਟੀ ਕੀ ਆ, ਵੀ ਵਾਈ, ਠੀਕ ਹੈ। ਤਾਂ ਐਂਗਲ ਕਿੰਨਾ ਹੋਏਗਾ ਇਹਨਾਂ ਦੇ ਵਿੱਚ? ਦੇਖੋ ਕਿਤੇ ਕਿਤੇ ਐਂਗਲ ਲੈਣਾ ਹੁੰਦਾ ਵਿਲੋਸਟੀ ਤੇ ਮੈਗਨੈਟਿਕ ਫੀਲਡ, ਇਹਨਾਂ ਦੋਨਾਂ ਦੇ ਵਿੱਚ ਐਂਗਲ ਕਿੰਨਾ ਗਾ, ਸਾਫ਼ ਦਿਖ ਰਿਹਾ 90 degrees ਆ, ਠੀਕ ਹੈ। ਇਹਨਾਂ ਦੋਨਾਂ ਦੇ ਵਿੱਚ ਜਿਹੜਾ ਐਂਗਲ ਆ ਉਹ ਕਿੰਨਾ, 90 degrees, ਤਾਂ ਕੀ ਆ ਜਾਏਗਾ, ਸਾਈਨ 90 ਮਤਲਬ 1, ਠੀਕ ਹੈ। ਤਾਂ ਫੋਰਸ ਇਜ ਇਕੁਅਲ ਟੂ ਕਿੰਨਾ ਆ ਜਾਏਗਾ, ਕਿਊ ਵੀ ਵਾਈ ਬੀ ਇਹਦੇ ਇਕੁਅਲ ਆ ਗਿਆ, ਠੀਕ ਹੈ। ਇਹ ਹੈਗਾ ਅਲੋਂਗ ਵਾਈ ਐਕਸਿਸ, ਕਿਹਦੇ ਅਲੋਂਗ ਆਇਆ, ਅਲੋਂਗ ਵਾਈ ਐਕਸਿਸ, ਹਾਂਜੀ ਠੀਕ ਹੈ। ਤੇ ਅਲੋਂਗ ਐਕਸ ਐਕਸਿਸ ਕਿੰਨੀ ਹੋਏਗੀ ਫੋਰਸ, ਫੋਰਸ ਅਲੋਂਗ ਐਕਸ ਐਕਸਿਸ ਕਿੰਨੀ ਹੋਏਗੀ ਰਾਜੇ, 0, ਠੀਕ ਹੈ। ਕਿਉਂ, ਦੇਖੋ ਇਹਦੇ ਵਿੱਚ ਹੀ ਅਗਰ ਆਪਾਂ ਪੁੱਟ ਕਰਾਂਗੇ ਕਿਊ ਵੀ ਐਕਸ, ਇੱਥੇ ਕੀ ਆ ਜਾਏਗਾ, ਕਿਊ ਵੀ ਐਕਸ, ਠੀਕ ਹੈ। ਕਿਊ ਵੀ ਐਕਸ ਬੀ ਸਾਈਨ ਆਫ
एंगल कितना आएगा देखो हम इतने वी एक्स इधर अलोंग एक्स एक्सिस इधर ही रजे अपने को मैगनैटिक फील्ड भी आ तो दोनों के एंगल की आ गया जीरो ठीक है साइन जीरो हम जो की होंगे जीरो होंगे ठीक है तो दोनों फोर्स ने फोर्स अलोंग वाई एक्सिस फोर्स अलोंग एक्स एक्सिस ठीक है एदा मतलब अलोंग एक्स एक्सिस कोई भी फोर्स नहीं लगेगी ते अलोंग वाई एक्सिस है जेड़ी ओहो की आ फोर्स एदे इक्वल होएगी क्यू वी बाई बी ठीक है लवप्रीत सिंह रिपीट सर प्लीज हाँ रिपीट कर देने रे कोई ना देखो आ वाला जेड़ा एक्सप्रेशन सीगा अपने कोले फोर्स दे लई ठीक है वी बाई बी इन्हों दोनों जो आप क्रॉस प्रोडक्ट ओपन करा तो इतने साइन वाला आता होंगे गा ठीक है दोनों के एंगल देख लो वी वाई ते बी दे एंगल कि 90 साइन 90 है जो 1 होंगे गा तो की आ गया क्यू वी बाई बी ठीक है इस तरह अलोंग एक्स एक्सिस अगर आप देखते हैं ये पुट करना गा क्यू वी बाई साइन साइन कि आऊगा जीरो क्यों क्योंकि जिधर नू वेलोसिटी आ उधर नू ही डायरेक्शन आ मैगनैटिक फील्ड दी इधर नू ठीक है एंगल जीरो आ गया साइन जीरो आ जेड़ा वो जीरो होंगे ठीक है हाँ जी ठीक है राजे आ वाली चीज तो क्लीयर होनी है फोर्स वाला ठीक है हुण इस तो बाद देखो एदे तो बाद इत्थे समझ लियो माड़ा जिहा ठीक है ए वाली जिहड़ी फोर्स आ देखो इत्थे जिहड़ी डायरेक्शन आ राजे फोर्स दी ध्यान दो फोर्स आप इतने वाई एक्सिस के अलोंग देख लिया भी इन्नी है क्यू वी वी आ ठीक है यदि डायरेक्शन किधर न होएगी डायरेक्शन आप कितों लेने होंने है हाँ जी जो भी क्रॉस प्रोडक्ट आ तो क्रॉस प्रोडक्ट का जो रिजल्टेंट आता होंगे वो इन्हों दोनों के परपेंडिकुलर होंगे ठीक है मान लो देखो ये प्लस वन के पढ़िया भी होना अगर अपने को आर इज इक्वल टू ए क्रॉस बी आदा गा ठीक है आर इज इक्वल टू ए क्रॉस बी है तो आर का जो मैगनीट्यूड आता वह तो होंगे ए बी साइन थीटा यदि जी डायरेक्शन होंगी है आर की डायरेक्शन ऑफ आर वो की होंगी है परपेंडिकुलर टू बोथ ए एंड बी ठीक है जी डायरेक्शन आदि रिजल्टेंट की वो की होगी परपेंडिकुलर टू बोथ ए एंड बी ठीक है मतलब जेडे वैक्टर की अपने को प्रोडक्ट हो रही है क्रॉस प्रोडक्ट उन्होंने दोनों के ही परपेंडिकुलर होंगे आपको दसदा होंगे राइट हैंड थंब रूल ए वाला ठीक है यदा मतलब हम जी आ वाली फोर्स है राजे एफ वाई है जी ठीक है फोर्स है जी एफ वाई ठीक है ए दा मतलब परपेंडिकुलर है फिर ठीक है दोनों के परपेंडिकुलर होएगी ना वी ते बी दे मतलब एदे भी परपेंडिकुलर एदे भी परपेंडिकुलर किधर नू होएगी फिर अलोंग जेड एक्सिस ठीक है वेलोसिटी किधर नू अलोंग वाई एक्सिस मैग्नेटिक फील्ड किधर नू अलोंग एक्स एक्सिस ता फोर्स क्योंकि परपेंडिकुलर होएगी ता तीजी डायरेक्शन केड़ी रहेगी ता जे अलोंग जी एक्सिस ठीक है जी कह लो या जेड कह लो जेड एक्सिस ठीक है हुण ध्यान दो रे जी परपेंडिकुलर फोर्स अच्छा ये दसो परपेंडिकुलर फोर्स है रजे जी कोई अफेक्ट कर सकती है जिदा आप फोर्स दे अफेक्ट पढ़ते होंने फोर्स दे के इट कैन चेंज शेप एंड साइज इट कैन चेंज स्टेट ऑफ रेस्ट या फिर स्टेट ऑफ मोशन मतलब अगर बॉडी रेस्ट च तो उन्होंने मोशन च लिया सकते हैं आप ठीक है फोर्स लगा के अगर बॉडी मोशन चा तो उन्होंने रेस्ट च लिया सकते हैं ठीक है
ਇਸੇ ਤਰ੍ਹਾਂ ਆਪਾਂ ਬਾਡੀ ਦੀ ਜਿਹੜੀ ਸਪੀਡ ਆ ਉਹ ਚੇਂਜ ਕਰ ਸਕਦੇ ਹਾਂ, ਬਾਡੀ ਦੀ ਜਿਹੜੀ ਡਾਇਰੈਕਸ਼ਨ ਆ ਉਹ ਚੇਂਜ ਕਰ ਸਕਦੇ ਹਾਂ, ਠੀਕ ਹੈ। ਪਰਪੈਂਡੀਕੂਲਰ ਫੋਰਸ ਆ ਜਿਹੜੀ ਉਹ ਇਹਨਾਂ ਦੇ ਵਿੱਚੋਂ ਕੋਈ ਇਫੈਕਟ ਕਰ ਸਕਦੀ ਹੈ ਜਾਂ ਨਹੀਂ, ਇਹ ਦੱਸੋ। ਜਿਹੜੀ ਪਰਪੈਂਡੀਕੂਲਰ ਫੋਰਸ ਆ, ਕੈਨ ਇਟ ਡੂ ਐਨੀ ਆਫ ਦ ਇਫੈਕਟਸ? ਹਾਂਜੀ ਰਾਜੇ, ਪਤਾ ਹੋਣਾ ਚਾਹੀਦਾ ਤੁਹਾਨੂੰ, ਕਿਉਂਕਿ ਇਹ ਪਲੱਸ ਵਨ ਦੇ ਵਿੱਚ ਤੁਸੀਂ ਪੜ੍ਹਿਆ ਹੋਇਆ ਬਹੁਤ ਡਿਟੇਲ ਦੇ ਵਿੱਚ। ਹਾਂਜੀ ਦੱਸਿਓ ਰਾਜੇ ਜਲਦੀ, ਜਿਹਨੂੰ ਵੀ ਪਤਾ, ਨਹੀਂ ਫਿਰ ਮੈਂ ਤਾਂ ਦੱਸ ਹੀ ਦੇਣਾ। ਨਹੀਂ ਪਤਾ, ਚਲੋ ਨਹੀਂ ਦੱਸ ਦੇਣਾ, ਟਾਈਮ ਹੋਈ ਜਾਂਦਾ ਆਪਣਾ, ਠੀਕ ਹੈ। ਜਿਹੜੀ ਪਰਪੈਂਡੀਕੂਲਰ ਫੋਰਸ ਆ ਰਹੇ ਉਹ ਸਿਰਫ ਤੇ ਸਿਰਫ ਇੱਕ ਇਫੈਕਟ ਕਰ ਸਕਦੀ ਹੈਗੀ, ਠੀਕ ਹੈ। ਉਹ ਕਰ ਸਕਦੀ ਆ ਬਾਡੀ ਦੀ ਡਾਇਰੈਕਸ਼ਨ ਚੇਂਜ, ਠੀਕ ਹੈ, ਜਾਂ ਫਿਰ ਇਹ ਕਹਿ ਲਓ ਬਈ ਵੈਲੋਸਿਟੀ ਜਿਹੜੀ ਹੁੰਦੀ ਹੈਗੀ ਉਹਦਾ ਮੈਗਨੀਟਿਊਡ ਤਾਂ ਨਹੀਂ ਚੇਂਜ ਕਰ ਸਕਦੀ, ਬਟ ਉਹਦੀ ਡਾਇਰੈਕਸ਼ਨ, ਇਕੱਲੀ ਸਿਰਫ ਡਾਇਰੈਕਸ਼ਨ ਚੇਂਜ ਕਰ ਸਕਦੀ ਆ, ਹੋਰ ਕੁਛ ਨਹੀਂ, ਠੀਕ ਹੈ। ਪਰਪੈਂਡੀਕੂਲਰ ਫੋਰਸ ਸਿਰਫ ਇੱਕੋ ਹੀ ਇਫੈਕਟ ਪ੍ਰੋਡਿਊਸ ਕਰ ਸਕਦੀ ਹੁੰਦੀ ਹੈ ਰਾਜੇ, ਐਂਡ ਦੈਟ ਇਜ਼ ਚੇਂਜ ਇਨ ਡਾਇਰੈਕਸ਼ਨ, ਬਸ ਇਹ ਯਾਦ ਰੱਖੋ ਤੁਸੀਂ। ਹੋਰ ਇਹ ਕੋਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਇਫੈਕਟ ਆ ਜਿਹੜਾ ਨਹੀਂ ਪ੍ਰੋਡਿਊਸ ਕਰ ਸਕਦੀ ਹੁੰਦੀ, ਉਹ ਇਫੈਕਟ ਆ ਜਿਹੜੀ ਉਹ ਸਿਰਫ ਜਿਹੜੀ ਅਲੋਂਗ ਹੁੰਦੀ ਹੈ ਡਾਇਰੈਕਸ਼ਨ, ਠੀਕ ਹੈ, ਉਹੀ ਵਾਲੀ ਫੋਰਸ ਆ ਜਿਹੜੀ ਉਹ ਪ੍ਰੋਡਿਊਸ ਕਰ ਸਕਦੀ ਹੈ। ਜਿੱਦਾਂ ਕਿਸੇ ਬਾਡੀ ਦੀ ਸ਼ੇਪ ਸਾਈਜ਼ ਚੇਂਜ ਕਰਨਾ ਤਾਂ ਆਪਾਂ ਉਹਦੇ ਅਲੋਂਗ ਫੋਰਸ ਲਾਵਾਂਗੇ, ਉਹਦੇ ਪਰਪੈਂਡੀਕੂਲਰ ਨੇ, ਠੀਕ ਹੈ। ਤਾਂ ਹੁਣ ਦੇਖੋ ਫੋਰਸ ਲੱਗ ਤਾਂ ਰਹੀ ਆ, ਇਹ ਤਾਂ ਨਹੀਂ ਹੈਗਾ ਕਿ ਫੋਰਸ ਜ਼ੀਰੋ ਆ, ਫੋਰਸ ਹੈਗੀ ਆ ਬਟ ਉਹ ਪਰਪੈਂਡੀਕੂਲਰ ਆ, ਇਹਦਾ ਮਤਲਬ ਉਹ ਕੀ ਕਰੇਗੀ, ਉਹ ਸਿਰਫ ਕੀ ਕਰ ਸਕਦੀ ਆ, ਠੀਕ ਹੈ, ਇਟ ਕੈਨ ਚੇਂਜ ਓਨਲੀ ਡਾਇਰੈਕਸ਼ਨ, ਠੀਕ ਹੈ, ਐਫ ਵਾਈ ਕੈਨ ਚੇਂਜ ਡਾਇਰੈਕਸ਼ਨ ਆਫ ਮੋਸ਼ਨ ਓਨਲੀ, ਠੀਕ ਹੈ। ਤੇ ਲਗਾਤਾਰ ਲੱਗਦੀ ਵੀ ਰਹੂਗੀ ਰਾਜੇ ਫੋਰਸ, ਠੀਕ ਹੈ, ਫੋਰਸ ਆ ਜਿਹੜੀ ਉਹ ਲਗਾਤਾਰ ਲੱਗਦੀ ਵੀ ਰਹੇਗੀ, ਠੀਕ ਹੈ। ਤਾਂ ਹੁਣ ਫਿਰ ਕਿੱਦਾਂ ਦਾ ਮੋਸ਼ਨ ਹੋਏਗਾ ਰਾਜੇ? ਮੈਗਨੀਟਿਊਡ ਚੇਂਜ ਨਹੀਂ ਹੋਣਾ ਬਟ ਡਾਇਰੈਕਸ਼ਨ ਹਰ ਵਾਰ ਚੇਂਜ ਹੋਏਗੀ, ਕਿਉਂਕਿ ਲਗਾਤਾਰ ਫੋਰਸ ਆ ਜਿਹੜੀ ਇਹਨੇ ਤਾਂ ਜ਼ੀਰੋ ਹੋਣਾ ਹੀ ਨਹੀਂ ਨਾ, ਇਹਦਾ ਜ਼ੀਰੋ ਹੈ ਹੀ ਨਹੀਂ ਗੀ, ਇਹਦੀ ਤਾਂ ਵੈਲਿਊ ਹੈਗੀ ਹੈਗੀ, ਕਿੰਨੀ ਵੈਲਿਊ ਆ, ਕਿਊ ਵੀ ਵੀ ਆ ਦੇਖੋ, ਠੀਕ ਹੈ। ਫੋਰਸ ਲਗਾਤਾਰ ਲੱਗਦੀ ਰਹੇਗੀ ਤੇ ਡਾਇਰੈਕਸ਼ਨ ਵੀ ਚੇਂਜ ਹੁੰਦੀ ਰਹੇਗੀ ਬਟ ਹੋਰ ਕੋਈ ਇਫੈਕਟ ਨਹੀਂ ਹੋਏਗਾ ਰਾਜੇ, ਠੀਕ ਹੈ। ਤਾਂ ਇੱਦਾਂ ਦਾ ਮੋਸ਼ਨ ਹੁੰਦਾ ਰਾਜੇ ਜਿਹੜਾ ਜਿਹਦੇ ਵਿੱਚ ਡਾਇਰੈਕਸ਼ਨ ਲਗਾਤਾਰ ਚੇਂਜ ਹੁੰਦੀ ਰਹੇ, ਉਹ ਹੁੰਦਾ ਆਪਣੇ ਕੋਲੇ ਸਰਕੂਲਰ ਮੋਸ਼ਨ। ਕਿਹੜਾ? ਸਰਕੂਲਰ ਮੋਸ਼ਨ, ਠੀਕ ਹੈ। ਕਿਉਂ? ਦੇਖੋ ਹਰ ਇੱਕ ਪੁਆਇੰਟ ਤੇ ਰਾਜੇ ਡਾਇਰੈਕਸ਼ਨ ਆ ਜਿਹੜੀ ਉਹ ਚੇਂਜ ਹੁੰਦੀ ਆ ਇਨ ਸਰਕੂਲਰ ਮੋਸ਼ਨ, ਠੀਕ ਹੈ। ਆਹ ਦੇਖੋ ਜਿੱਦਾਂ ਇਹ ਸਰਕਲ ਆ, ਜਿਹੜੇ ਮਰਜ਼ੀ ਪੁਆਇੰਟ ਤੇ ਦੇਖ ਲਓ, ਇੱਥੇ ਡਾਇਰੈਕਸ਼ਨ ਇੱਧਰ ਨੂੰ ਹੋਏਗੀ, ਇਸ ਪੁਆਇੰਟ ਤੇ ਦੇਖੀਏ ਤਾਂ ਡਾਇਰੈਕਸ਼ਨ ਆ ਜਿਹੜੀ ਉਹ ਇੱਦਾਂ ਹੋਏਗੀ, ਇਹਦੇ ਉੱਪਰ ਡਾਇਰੈਕਸ਼ਨ ਇੱਦਾਂ ਹੋਏਗੀ, ਇੱਥੇ ਡਾਇਰੈਕਸ਼ਨ ਇੱਧਰ ਨੂੰ, ਇੱਥੇ ਇੱਧਰ ਨੂੰ ਇੱਧਰ, ਠੀਕ ਹੈ। ਡਾਇਰੈਕਸ਼ਨ ਆ ਜਿਹੜੀ ਉਹ ਹਰ ਇੱਕ ਪੁਆਇੰਟ ਤੇ ਜਾ ਕੇ ਰਾਜੇ ਚੇਂਜ ਹੁੰਦੀ ਹੈਗੀ, ਠੀਕ ਹੈ। ਇਸ ਤਰ੍ਹਾਂ ਕੋਈ ਵੀ ਦੋ ਪੁਆਇੰਟ ਇੱਦਾਂ ਦੇ ਨਹੀਂ ਹੋਣਗੇ ਜਿਨ੍ਹਾਂ ਦੇ ਉੱਪਰ ਡਾਇਰੈਕਸ਼ਨ ਆ ਜਿਹੜੀ ਉਹ ਸੇਮ ਰਹੇ, ਸਮਝ ਗਏ। ਹੁਣ ਇਹ ਵਾਲੀ ਫੋਰਸ ਕਿਉਂਕਿ ਸਿਰਫ ਡਾਇਰੈਕਸ਼ਨ ਚੇਂਜ ਕਰ ਸਕਦੀ ਆ, ਤਾਂ ਇਟ ਮੀਨਸ ਉੱਥੇ ਕਿਹੜਾ ਮੋਸ਼ਨ ਹੋਏਗਾ ਰਾਜੇ? ਸਰਕੂਲਰ ਮੋਸ਼ਨ ਆ ਜਿਹੜਾ ਬਾਡੀ ਦਾ ਉਹ ਹੋਏਗਾ, ਠੀਕ ਹੈ। ਬਟ ਕੀ ਸਿਰਫ ਸਰਕੂਲਰ ਮੋਸ਼ਨ ਹੀ ਹੋਏਗਾ? ਨਹੀਂ ਰਾਜੇ, ਐਕਸ ਐਕਸਿਸ ਦੇ ਅਲੋਂਗ ਆਪਾਂ ਕਹਿਤਾ ਕਿ ਫੋਰਸ ਆ ਜਿਹੜੀ ਉਹ ਜ਼ੀਰੋ ਆ, ਫੋਰਸ ਕੀ ਆ? ਜ਼ੀਰੋ ਆ, ਬਟ ਇਹਦਾ ਮੀਨਿੰਗ ਇਹ ਤਾਂ ਨਹੀਂ ਕਿ ਉਧਰ ਵੈਲੋਸਿਟੀ ਵੀ ਜ਼ੀਰੋ ਆ, ਠੀਕ ਹੈ। ਵੈਲੋਸਿਟੀ ਤਾਂ ਹੈਗੀ ਆ ਦੇਖੋ ਐਕਸ ਐਕਸਿਸ ਦੇ ਅਲੋਂਗ, ਹਾਂ ਇੰਨਾ ਕੁ ਹੋਏਗਾ ਵੀ ਵੈਲੋਸਿਟੀ ਚੇਂਜ ਨਹੀਂ ਹੋਊਗੀ, ਕੋਈ ਐਕਸਲੇਸ਼ਨ ਨਹੀਂ ਹੋਊਗਾ, ਠੀਕ ਹੈ।
बट स्टिल उधर नू वेलोसिटी है, मतलब बॉडी मूव तो करेगी, ठीक है, बॉडी मूव करेगी बट वो यूनिफॉर्म वेलोसिटी दे नाल मूव करेगी। हुण देखो अगर उन्हें इधर नू भी चलते रहना, इधर नू कितना चलेगी अलोंग स्ट्रेट लाइन, ठीक है, इधर स्ट्रेट लाइन प्लस नाल नाल उन्हें सर्कुलर मोशन भी करना, समझ गए, ठीक है, सर्कुलर मोशन किधे करके आ अलोंग इधे करके एफ वाई करके, जेडी फोर्स अलोंग वाई एक्सिस लग रही है, ठीक है, तो सर्कुलर मोशन दे नाल नाल लीनियर मोशन भी होएगा राजे, इना दोनों का जेड़ा अपने कोले, ठीक है, कंबीनेशन बनेगा वो की हुंदा गा, कल ही दस्या सी तुहानूं, ठीक है, कल जां परसों, लीनियर मोशन प्लस सर्कुलर मोशन की बनता हुंदा राजे, हाँ जी तुसी दसो जल्दी नाल, हेलिक्स मोशन, वेरी गुड, ठीक है, ता सर्कुलर दे नाल नाल क्योंकि लीनियर मोशन भी होएगा, ठीक है, ता बॉडी विल फॉलो, बॉडी नहीं पार्टिकल, चार्ज पार्टिकल, ठीक है, चार्ज विल फॉलो अ हेलिकल पाथ, हेलिकल पाथ, ठीक है, और हेलिकल पाथ की है रजे की क्या आपा किधे तो बनता सर्कुलर प्लस लीनियर, ए हेलिकल मोशन बन जाता, ठीक है, एदा तो नाल नाल सर्कुलर मोशन भी एदा हुंदा रहेगा प्लस नाल नाल वो अलोंग लाइन भी चलूगा, एक लाइन दे अलोंग भी चलूगा, ठीक है, तो ये सी अपने कोले हेलिकल मोशन रहते, ठीक है, हुण तुसी याद की रखना गा कि जदों बॉडी अंडर मैग्नेटिक फील्ड होएगी उदों ओहो किदां दा मोशन फॉलो करेगी, हेलिकल मोशन, ठीक है, इलैक्ट्रिक फील्ड वाला आपां पहला करिया आ, इलैक्ट्रिक फील्ड दे अलोंग इलैक्ट्रिक फील्ड दे अंडर वह पैराबोलिक पाथ फॉलो करती है, तो इहदे विच मैगनैटिक फील्ड दे अंडर जिहड़ा चार्ज आ वह हैलीकल मोशन आ जिहड़ा उहनूं फॉलो करेगा, ठीक है, तां हुण हैलीकल मोशन हो रहा, देखो मतलब सर्कुलर मोशन हो रहा नाल नाल, सर्कुलर मोशन दे लई रजे केड़ी फोर्स की जरूरत होंदी आ, सर्कुलर मोशन दे लई आपां नूं सेंट्रीपिटल फोर्स की लोड होंदी आ, ते वो जिहड़ा सेंट्रीपिटल फोर्स आ वो कित्थों आउंदा हुंदा, वो आउंदा हुंदा ऑलरेडी एग्जिस्टिंग फोर्स, मतलब जिहड़ियां पहलां तों उत्थे फोर्स ने उन्हां दे ही कॉस्ट ते सेंट्रीपिटल फोर्स बनदी हुंदी आ, ठीक है, तो जिहड़ी नसैसरी सेंट्रीपिटल फोर्स आ द नेसेसरी सेंट्रीपिटल फोर्स, ठीक है, इज प्रोवाइडेड बाय केड़ी फोर्स आ रही है, केड़ी फोर्स लग रही है जिहड़ी आपां हुणे पढ़ के आए हैं एफ वाई, एफ वाई कहदे इक्वल सी प्रोवाइडेड बाय मैगनैटिक फोर्स, मैगनैटिक फोर्स, ठीक है, ਹੁਣ ਕਿਹੜੀ ਫੋਰਸ ਐਗਜਿਸਟ ਕਰ ਰਹੀ ਹੈ ਜਿਹੜੀ ਆਪਾਂ ਐਫ ਵਾਈ ਲਿਆ ਸੀ ਕਿਉਂਕਿ ਐਕਸ ਐਕਸਿਸ ਦੇ ਅਲੋਂਗ ਤਾਂ ਫੋਰਸ ਹੈਗੀ ਹੋਈ ਜੀਰੋ ਆ, ਵਾਈ ਐਕਸਿਸ ਦੇ ਅਲੋਂਗ ਕਿੰਨੀ ਆਈ ਸੀ ਕਿਊ ਵੀ ਵੀ ਕਿਊ ਵੀ ਬੀ ਆਈ ਸੀ, ਇਹਦੇ ਤੋਂ ਹੀ ਰਹੇ ਸੈਂਟਰੀਪਿਟਲ ਫੋਰਸ ਬਣੇਗੀ ਕਿਉਂਕਿ ਸਰਕੂਲਰ ਮੋਸ਼ਨ ਹੋਣਾ ਅਤੇ ਸਰਕੂਲਰ ਮੋਸ਼ਨ ਦੇ ਲਈ ਸੈਂਟਰੀਪਿਟਲ ਫੋਰਸ ਜਿਹੜੀ ਉਹ ਰਿਕੁਆਇਰਡ ਹੁੰਦੀ ਹੈ, ਠੀਕ ਹੈ, सेंट्रीपिटल फोर्स कितनी होती है एम वी स्क्वायर ओवर आर आई होती है, ठीक है, तो एम वी स्क्वायर आर ओवर आर है जिहड़ा वो इहदे इक्वल आ गया, इसे फोर्स तो आ वाली फोर्स बननी है, ठीक है, तो आ वेलोसिटी दे एक पावर नाल एक कैंसल हो गई की आ गया अपने कोल इथों की आ गया राजे की आ गया आर का दे इक्वल आ गया इथों वेलोसिटी सॉरी आर ही लिख लेना चलो आर का दे इक्वल आ जूगा ए आ जूगा अपने कोले एम वी वाई ओवर क्यू बी ए दे इक्वल आ गया ए की है रेडियस ऑफ सर्कुलर पाथ ठीक है दिस इज रेडियस ऑफ द सर्कुलर पाथ
ਠੀਕ ਹੈ, ਇਹ ਉਹਦੇ ਸਰਕੂਲਰ ਪਾਥ ਦਾ ਰਾਜੇ ਰੇਡੀਅਸ ਆਊਗਾ। ਠੀਕ ਹੈ, ਹੁਣ ਕਿਉਂਕਿ ਸਰਕੂਲਰ ਪਾਥ ਹੋ ਰਿਹਾ ਫੋਲੋ ਹੋ ਰਿਹਾ ਤਾਂ ਹੋਰ ਵੀ ਬਹੁਤ ਸਾਰੇ ਪੈਰਾਮੀਟਰ ਹੁੰਦੇ ਆ ਰਾਜੇ ਸਰਕੂਲਰ ਪਾਥ ਦੇ ਲਈ। ਠੀਕ ਹੈ, ਪਹਿਲਾਂ ਤਾਂ ਹੋਏਗਾ एंगुलर वेलोसिटी, क्योंकि एंगुलर मोशन हो रहा तो एंगुलर वेलोसिटी भी तो होएगी, एंगुलर वेलोसिटी। देखो इतो वेलोसिटी अगर आप फाइंड करिए, ठीक है, ऊपर वाले एक्सप्रेशन तो अगर वेलोसिटी की गल करते हैं तो वेलोसिटी का इक्वल होगी इतो ये आ जाएगी वेलोसिटी इज इक्वल टू क्यू बी आर ओवर एम, आई आ जाऊगा ना क्यू बी आर ओवर एम। ठीक है, एंगुलर वेलोसिटी का इक्वल होंगी है, तुसी रिलेशन पढ़िया होगा जे ये वी है जिहड़ा वह कहदे इक्वल होंदा, यह होंदा ओमेगा क्रॉस आर, आई होंदा ना ओमेगा क्रॉस आर। इनू आपां मैगनीट्यूड फॉर्म च लिख लैंदे आ, ओमेगा आर बन गया। ठीक है, तो मतलब वी इंटू आर आ जाएगा यह। ठीक है, गलत लिखता ना, हाँ गलत लिखता रहे, सॉरी ओमेगा का जेड़ा, नहीं 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 ओमेगा, हाँ ठीक है, v इज इक्वल टू ओमेगा आ रहा, तो ओमेगा का दे इक्वल आ जाऊ v ओवर r। ठीक है, v ओवर r वैल्यू पुट कर दो जी, v y ओवर r पुट कर दो बस वैल्यू, इनू ब्रैकेट से लिख लो तो बिकॉज करके। ठीक है, तो वैल्यू पुट कर दो, v दी वैल्यू की सी q b r ओवर m इनटू किया r, r नाल r कैंसिल की आ गई अपने कोले एंगुलर वेलोसिटी का दे इक्वल आ गई q b ओवर m। ठीक है, एंगुलर वेलोसिटी इज इक्वल टू b q ओवर m ए दे इक्वल आ गई। ठीक है, इस तो बाद हुण फ्रीक्वेंसी फाइंड कर दो रजे, फ्रीक्वेंसी। ठीक है, क्योंकि जदों भी सर्कुलर मोशन होएगा तो आपां इन्हां चीज़ां दी गल करदी करदे आ रहे, एंगुलर वेलोसिटी फ्रीक्वेंसी, एंगुलर फ्रीक्वेंसी टाइम पीरियड, ये चीज़ां दी आपां गल करदे रहे हुंदे आ। ठीक है, क्योंकि किन्नी तेज उह सर्कुलर मोशन दे विच जा रहा उही चीज़ आ। हुण फ्रीक्वेंसी कहदे इक्वल हुंदी आ, ये भी तुसीं रिलेशन पढ़िया होएगा रहे, ओमेगा ओवर टू पाई इहदे इक्वल। ठीक है, पढ़िया होएगा तुसी जरूर, एंगुलर वेलोसिटी एंगुलर फ्रीक्वेंसी ते लीनियर फ्रीक्वेंसी दे विच रिलेशन आ, तो तुसी बहुत बारी पढ़िया होएगा रे, ओमेगा इज इक्वल टू टू पाई न्यू। ठीक है, तो इतों न्यू का दे इक्वल आ जाएगा ओमेगा ओवर टू पाई, वैल्यू पुट कर दो ओमेगा पिया तो की आ जाएगा क्यू बी ओवर टू पाई एम एदे इक्वल आ जाएगा। ठीक है, फ्रीक्वेंसी अपने कोले एदे इक्वल आ गई। ठीक है राजे, टाइम पीरियड की हुंदा गा, टाइम पीरियड का दे इक्वल हुंदा गा, ए हुंदा अपने कोले वन बाय फ्रीक्वेंसी, तो का दे इक्वल आ जाएगा टाइम पीरियड टू पाई एम ओवर क्यू बी एदे इक्वल आ जाएगा। ठीक है, टाइम पीरियड जिहड़ा गा वो आ गया टू पाई एम ओवर क्यूब बी, समझ गए, मतलब इन्ने टाइम दे विच वो एक रेवोल्यूशन आ जिहड़ी कंप्लीट करेगा। ठीक है, बस एक टर्म रह गई। ठीक है, उस तो बाद आपां क्लास खत्म कर दें अज दी, हुण क्योंकि हेलिकल पाथ हेलिकल मोशन आ जिहड़ा वो हो रहा बॉडी पार्टिकल दा, तां इत्थे आपां एक टर्म डिफाइन कर दें रहे जे पिच ऑफ हैलिक्स, ठीक है, पिच ऑफ हैलिक्स या हैलीकल पिच बोलते हैं आप, यह की होंगी है राजे, यह होंगे लीनियर, द लीनियर डिस्टेंस, लीनियर डिस्टेंस कवर्ड बाय पार्टिकल
covered by particle in one time period. ठीक है, एक टाइम पीरियड दे विच बॉडी ने किन्ना लीनियर मोशन है जेड़ा वो कवर कीता गा, समझ गए, किन्ना लीनियर मोशन कवर कीता, लीनियर डिस्टेंस केड़ा होएगा, आ वाला लॉन्ग एक्स एक्सिस जिन्ना डिस्टेंस उन्हें ट्रैवल कीता लीनियर वाला, ठीक है, तो किदा फाइंड करांगे, देखो इनू आपां डिनोट करदे आ रजे डी दे नाल, पिच ऑफ हेलिक्स है जी, इनू डी दे नाल डिनोट करदे, ठीक है, देख रहे हैं पिच ऑफ हेलिक्स आपां कर रहे हैं, कदे इक्वल आ लीनियर डिस्टेंस कवर्ड बाय पार्टिकल इन वन टाइम पीरियड, तो हम देखो वेलोसिटी है जी होंगी डिस्टेंस ओवर टाइम, आई हों ना जे आप डी फाइंड करनी है, पिच फाइंड करनी है वेलोसिटी इनटू टाइम, टाइम कितना लेना इक्वल टू वन टाइम पीरियड टी, वेलोसिटी केड़ी आऊगी किधर नो केड़ा डिस्टेंस फाइंड करना आप लीनियर डिस्टेंस इधर वाला, तो लीनियर डिस्टेंस किधर करके मूव हो रहा है जे वी एक्स दा करके जड़ी वेलोसिटी अलोंग एक्स एक्सिस है, ठीक है, तो वी एक्स आएगा, समझ गए, तो डी का दे इक्वल आ गया जे टी दी वैल्यू पुट कर दो टी दी, टाइम पीरियड का दे इक्वल है, देखो का दे इक्वल है टाइम पीरियड 2 पाई एम ओवर क्यू वी, ठीक है, पुट कर दो बस इतने डी दी वैल्यू की आ जाएगी 2 पाई एम वी एक्स ओवर क्यू बी, ये इक्वल है, ठीक है, हुन जेड़ी ये यूनिट है यूनिट रजे मीटर ही होंगी है क्योंकि ऑब्वियस है एक डिस्टेंस है तब पिच दी जेड़ी यूनिट आओ भी की होएगी मीटर होएगी डिस्टेंस वाली, ठीक है, हाँ जी रजे हो गया अपना टॉपिक कंप्लीट, ठीक है, थोड़ा जा हैगा सी लंबा चौड़ा, कोई डाउट तो पूछ लो हूँ, ठीक है, जां फिर ये कर लो भाई तुसी बाद च देख सकते हो पूरी वीडियो, ठीक है, एदे मैं तुहानू नोट्स बनाई चलो नाल नाल क्योंकि ताइयों फिर ही तुहानू पता लगेगा रजे, ठीक है, हाँ जी रजे कोई डाउट होवे इस टॉपिक दे विच, टॉपिक इंपॉर्टेंट आ जिन्ना कुछ आपां कीता ये सारा एज इट्स तुसी साइक्लोट्रॉन दे विच भी करना है, ठीक है, कोई डाउट, यस जल्दी रजे, ठीक है, गुड, वीडियो लाइक कर दो रजे जिन्होंने वीडियो लाइक नहीं की थी, अपने आप ही कर दिया करो, बना रहे हैं नोट्स सर, वेरी गुड रजे, नोट्स तो जरूरी है, ठीक है, नाल दी नाल बनाई चलो अपने, इन्हें नहीं गम देना दोनों मुड़ के, हाँ जी चलो ठीक है रजे फिर, ओके बाय।